ए तस्वीरां सोशल मीडिया ते खूब वायरल हो रही ने कि इश्क दे चलदे आ इस नौजवान दी मौत हो गई है। क्या जा रहा है कि 16 सालां दा ए सोहना सुनखा नौजवान लड़की दे कहन ते उस नु मिलन उस दे घर गया सी, जिस तो बाद लड़की दे परिवार ने इस नु करंट लगा के मार दिता ते इस दी लाश नु खेतां दे विच सुट दिता। जदों ए नौजवान अपने घर ना परत्या ता घर वालियां दे वल्लों इस दी भाल कीती गई, जिस उपरंत उन्हां नूं इस दी लाश खेतां दे विच पई मिली। दस्या जा रहा है कि नौजवान यूपी दे गजरोला दा रहण वाला है ते 10वीं क्लास दे विच पढ़दा सी। ए नौजवान 4 भैणां दा इक लोता भरा सी ते हुण उन्हां भैणां दे कोलों वीर दा गुट खुंझ गया। इस पूरी घटनाक्रम नूं लै के एक ऑडियो वायरल हो रही है, जिस दे विच दो लोक आपस दे विच इस घटना दे बारे गलबात कर रहे ने। ਮਾਰ ਕੇ ਫਿਰ ਸੁੱਟਿਆ, ਸਾਡੇ ਇੱਧਰ ਵੀ ਇਤਰਾ ਹੀ ਵੀਰ ਹੋਇਆ ਆ, ਸਾਡੇ ਇੱਧਰ ਵੀ ਇਤਰਾ ਹੀ ਹੋਇਆ ਆ। ਕਰੰਟ ਲਾ ਕੇ ਨਾ ਮਾਰ ਕੇ ਫਿਰ ਗੰਨੇ ਸੁੱਟਿਆ ਨਾ। ਅੱਛਾ, ਗੰਨੇ ਤੇ ਸੁੱਟਿਆ ਤੇ ਜਿਹੜਾ ਉਹ ਜਿਹੜੇ ਜਿਨ੍ਹਾਂ ਦੀ ਕੁੜੀ ਆ ਉਹ ਵੀ ਪੰਜਾਬੀ ਆ? ਉਹ ਵੀ ਪੰਜਾਬੀ ਤੇ ਗਲਤ ਆ, ਬਹੁਤ ਮਾੜਾ ਕੀਤਾ। ਕੱਲਾ ਕੱਲਾ ਚਲੋ ਮਾਰ ਦੇ, ਦੋਵਾਂ ਨੂੰ ਜਾਂ ਤੇ ਦੋਵਾਂ ਨੂੰ ਮਾਰ ਦੇ, ਜਾਂ ਤੇ ਦੋਵਾਂ ਨੂੰ ਮਾਰ ਦੇ, ਸਹੀ ਗੱਲ ਆ ਬਿਲਕੁਲ। ਹੁਣ ਤੁਸੀਂ ਅਗਲੇ ਦਾ ਘਰ ਬਰਬਾਦ ਕਰਤਾ, ਆਪਦਾ ਤੁਸੀਂ ਜਿਹੜਾ ਹੋ। ਬਿਲਕੁਲ, ਜੇ ਮੁੰਡੇ ਨੂੰ ਫਿਰ ਮਾਰਿਆ ਤਾਂ ਫਿਰ ਕੁੜੀ ਨੂੰ ਵੀ, ਕੁੜੀ ਨੂੰ ਕਾਹਤੋਂ ਛੱਡਤਾ? ਸਭ ਤੋਂ ਪਹਿਲਾਂ ਤਾਂ ਦੇਖੋ ਇੱਕ ਚੀਜ਼ ਹੈ ਨਾ, ਜੇ ਕਹੀਏ ਨਾ ਆਪਾਂ ਕਿ ਬੰਦੇ ਦੀ ਗਲਤੀ, ਬੰਦੇ ਦੀ ਗਲਤੀ ਨਹੀਂ ਹੁੰਦੀ ਨਾ, ਉਹਨੇ ਬੁਲਾਇਆ ਕੁੜੀ ਨੇ, ਗਲਤੀ ਹੁੰਦੀ ਆ। ਹਾਂਜੀ ਬਿਲਕੁਲ ਬਿਲਕੁਲ, ਇਹ ਤੇ ਗੱਲ ਹੈਗੀ ਆ। ਤੇ ਜੇ ਮਾਰਦੇ ਫਿਰ ਦੋਵਾਂ ਨੂੰ ਮਾਰਦੇ, ਤੇ ਹੁਣ ਚਾਹੀਦਾ ਸੀ ਮਾਰਨਾ ਤੇ ਪਹਿਲਾਂ ਕੁੜੀ ਮਾਰਦੇ। ਬਿਲਕੁਲ ਜੀ, ਫਿਰ ਉਦੋਂ ਬਾਅਦ ਜੋ ਮਰਜ਼ੀ ਕਰਦੇ, ਜੋ ਮਰਜ਼ੀ ਕਰਦੇ, ਠੀਕ ਹੈ। ਉਹਨੂੰ ਵਿਚਾਰੇ ਨੂੰ ਮਤਲਬ ਜਿਹੜਾ ਚਲੋ ਮਾਰਿਆ ਤੇ ਮਾਰ ਕੇ ਫਿਰ ਉਹਨੂੰ ਪਹਿਲਾਂ ਬਿਜਲੀ ਲਾਈ ਆ, ਕੁੱਟ ਨਿਸ਼ਾਨ ਕੁੱਟਾਂ ਦੇ, ਕੁੱਟ ਡੰਡੇ ਡੁੰਡੇ ਜਾਂ ਹੋਰ ਕਿਸੇ ਚੀਜ਼ ਦੇ ਤੇ ਨਿਸ਼ਾਨ ਹੈ ਨਹੀਂ ਆ, ਸਿਰਫ ਬਿਜਲੀ ਪੋਸਟਮਾਰਟਮ ਦੇ ਵਿੱਚ ਤੇ ਸਿਰਫ ਬਿਜਲੀ ਦਾ ਉਹ ਆਇਆ ਕਿ ਹਾਂ ਕਿ ਕਰੰਟ ਲਾ ਕੇ ਫਿਰ ਮਾਰਿਆ। ਮਾਰਿਆ ਕਰੰਟ ਲਾ ਗਿਆ ਜੀ? ਹਾਂ ਕਰੰਟ ਲਾ ਕੇ ਮਾਰਿਆ, ਮੈਂ ਪੜ੍ਹਿਆ ਹੁਣੇ, ਮੈਂ ਪੜ੍ਹਿਆ ਆਇਆ ਤੇ ਕਰੰਟ ਲਾ ਕੇ ਤੇ ਮਾਰ ਕੇ ਫਿਰ ਉਹਨੂੰ ਜਿਹੜਾ ਆ ਮਤਲਬ ਉੱਥੇ ਸੁੱਟਿਆ ਆ ਗੰਨੇ ਦੇ ਵਿੱਚ। ਇਹਦੇ ਚ ਸਾਰੇ ਬੰਦੇ ਜਿੰਨੇ ਵੀ ਹੈਗੇ ਨਾ ਇੱਥੇ, ਹਾਂਜੀ ਜ਼ਿਆਦਾਤਰ ਲੋਕੀ ਲਾਂਤਾਂ ਹੀ ਪਾਉਂਦੇ ਆ। ਵਾਹ, ਇਹ ਤੇ ਗੱਲ ਹੈਗੀ ਵੀਰ ਜੀ। ਹੁਣ ਭਾਜੀ ਅਸਲ ਦੇ ਵਿੱਚ ਤੁਹਾਨੂੰ ਦੱਸੀਏ, ਜਦੋਂ ਦੇ ਆ ਵੱਡੇ ਫੋਨ ਸ਼ੁਰੂ ਹੋ ਗਏ ਨਾ, ਬਹੁਤ ਇਹਨਾਂ ਤੇ ਗੰਦ ਪਾਤਾ ਮੇਰੇ ਵੀਰ, ਸਹੀ ਗੱਲ ਆ ਬਿਲਕੁਲ। 90% ਲੋਕਾਂ ਦੇ ਘਰ ਬਰਬਾਦ ਕਰਦੇ। ਹਾਂਜੀ 90% ਕਰਤਾ, ਬਿਲਕੁਲ ਸਹੀ ਗੱਲ ਹੈ ਭਾਜੀ ਤੁਹਾਡੀ, ਬਿਲਕੁਲ। ਬੱਚੇ ਨੂੰ ਫੋਨ ਤੇ ਇਸ ਕਰਕੇ ਕੱਢੇ ਸੀ ਗੌਰਮੈਂਟ ਨੇ, ਬੱਚੇ ਜਿਹੜੇ ਆ ਨਾ ਪੜ੍ਹਦੇ ਆ ਨਾ, ਤੇ ਪੜ੍ਹਨ ਵਿੱਚ ਆਪਾਂ ਘੱਲਦੇ ਪਏ ਆ ਪੜ੍ਹਨ ਵਾਸਤੇ, ਠੀਕ ਆ, ਤੇ ਪਰ ਉਹ ਬਾਹਰ ਕੀ ਕਰਦੇ ਆ ਇਹ ਆਪਾਂ ਨੂੰ ਨੀ ਪਤਾ। ਮਾਂ ਪਿਓ ਨੂੰ ਸਿਰਫ ਇੰਨਾ ਪਤਾ ਹੁੰਦਾ ਕਿ ਹਾਂ ਬਈ ਸਾਡਾ ਬੱਚਾ ਪੜ੍ਹਨ ਵਾਸਤੇ ਗਿਆ ਆ, ਰਾਤ ਨੂੰ ਕੀ ਕਰਨ ਡਿਆ ਜਾਂ ਕਿਸ ਤਰ੍ਹਾਂ ਜਾਂ ਕੀ ਗੱਲ ਆ, ਇਹ ਸਭ ਜਿਹੜੀਆਂ ਗੱਲਾਂ ਇਹਨੇ ਫੋਨ ਤੇ ਹੀ ਸਭ ਫੋਨ ਨੇ। 90% ਤੁਹਾਡੀ ਗੱਲ ਸਹੀ ਆ ਬਿਲਕੁਲ, ਕਿ ਇਹਨਾਂ ਨੇ ਫੋਨ ਜਿਹੜੇ ਆ ਨਾ ਇਹ ਖਰਾਬ ਕਰਤਾ, ਇਹਨਾਂ ਨੇ ਸਾਰਾ ਕਲਚਰ ਜਿਹੜਾ। ਮਾਂ ਪਿਓ ਜਿਹੜਾ ਨਾ ਉਹ ਅਨਪੜ੍ਹ ਅਨਪੜ੍ਹ ਆ, ਹਾਂਜੀ। ਉਹਨਾਂ ਨੂੰ ਜਦੋਂ ਬੱਚੇ ਕਹਿੰਦੇ ਨਾ ਸਾਨੂੰ ਤੇ ਪੜ੍ਹਾਈ ਦਾ ਇੰਨਾ ਕੰਮ ਮਿਲਿਆ, ਆਨਲਾਈਨ ਅਸੀਂ ਤੇ ਆਨਲਾਈਨ ਪੜ੍ਹਨੇ ਆ, ਹਾਂਜੀ ਹਾਂਜੀ, ਤੇ ਮਾਂ ਬਾਪ ਨੂੰ ਕੀ ਪਤਾ ਕੀ ਕਰਨ ਦੇ ਕੀ ਨਹੀਂ ਕਰਨ ਦੇ। ਆ ਇਹ ਤੇ ਗੱਲ ਹੈਗੀ ਵੀਰ ਜੀ, ਸਹੀ ਗੱਲ ਆ। ਸਭ ਤੋਂ ਵੱਡੀ ਦਿੱਕਤ ਤੇ ਮੋਬਾਈਲ ਤੋਂ, ਮੋਬਾਈਲ ਦੀ ਆ, ਜਦੋਂ ਨਹੀਂ ਸੀ ਮੋਬਾਈਲ ਉਦੋਂ ਤੁਸੀਂ ਦੇਖੇ ਆ ਇੰਨੇ ਕੀ ਬਿਲਕੁਲ। ਹਾਂ ਇਹ ਤੇ ਗੱਲ ਹੈ, ਮੈਂ ਨਾ ਤੁਹਾਡਾ ਨੰਬਰ ਕਿੱਥੋਂ ਲਿਆ, ਮੈਂ ਫੋਨ ਚਲਾਇਆ, ਫੋਨ ਦੇ ਵਿੱਚ ਨੈਟ ਚਾਲੂ ਕੀਤਾ, ਨੈਟ ਚਾਲੂ ਕਰਕੇ ਫਿਰ ਮੈਂ ਮਤਲਬ ਜਿਹੜਾ ਗ੍ਰਾਮ ਪ੍ਰਧਾਨ ਜਿਹੜਾ ਮਤਲਬ ਸਾਰੀ ਲਿਸਟ ਕੱਢੀ ਉੱਥੋਂ ਦੀ ਲਿਸਟ ਕੱਢ ਕੇ ਫਿਰ ਤੁਹਾਡਾ ਨੰਬਰ ਲਿਆ। ਤਾਂ ਕਿਹਾ ਇਹੀ ਜਾ ਰਿਹਾ ਹੈ ਕਿ ਲੜਕੀ ਦੇ ਪਰਿਵਾਰ ਦੇ ਵੱਲੋਂ ਇਸ ਨੌਜਵਾਨ ਦਾ ਕਤਲ ਕੀਤਾ ਗਿਆ, ਪਰ ਇਹ ਕਿੰਨਾ ਕੁ ਜਾਇਜ਼ ਹੈ ਇੱਕ ਛੋਟੀ ਜਿਹੀ ਉਮਰ ਦੇ ਨੌਜਵਾਨ ਦਾ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਕਤਲ ਕਰ ਦੇਣਾ? ਛੋਟੀ ਉਮਰੇ ਤਾਂ ਹਮੇਸ਼ਾ ਹੀ ਗਲਤੀਆਂ ਹੋ ਜਾਂਦੀਆਂ ਨੇ, ਤਾਂ ਵੱਡਿਆਂ ਨੂੰ ਚਾਹੀਦਾ ਏ ਕਿ ਉਹਨਾਂ ਨੂੰ ਬਿਠਾ ਕੇ ਸਮਝਾਇਆ ਜਾਵੇ, ਨਾ ਕਿ ਇਸ ਤਰ੍ਹਾਂ ਕਤਲ ਕਰ ਦਿੱਤਾ ਜਾਵੇ। ਇਸ ਤੋਂ ਇਲਾਵਾ ਇੱਕ ਹੋਰ ਆਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇਸ ਨੌਜਵਾਨ ਦਾ ਦੋਸਤ ਤੇ ਸ਼ਾਇਦ ਇਸ ਦੀ ਗਰਲਫ੍ਰੈਂਡ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ। ਹਾਂਜੀ, ਨਾ ਕੁਛ ਨਹੀਂ ਪਤਾ ਲੱਗਾ, ਨਾ ਹੁਣ ਚੱਲੇ ਆ, ਜੇ ਏਡੀ ਛੇਤੀ ਕਿੱਥੋਂ ਹੋ ਜਾਊਗਾ ਜਾਣਾ ਉਹਨਾਂ ਨੇ। ਮਤਲਬ ਮੈਂ ਸੋਚਦਾ ਘਰ ਘੁਰ ਨਾ ਪਤਾ ਹੋਵੇ ਕਿਸੇ ਨੂੰ, ਤੁਹਾਡੇ ਘਰ ਜਾਂ ਕਿਸੇ ਕੋਲਾ ਰਲਾ ਪਿਆ ਹੋਵੇ ਕਿ ਮੁੰਡਾ ਆਇਆ ਰਾਤ, ਕੁਛ ਵੀ ਏਦਾਂ ਦਾ ਜਾਣੀ ਗੁਆਂਢੀ ਕਿਤੇ ਫੜਿਆ ਹੋਵੇ। ਠੀਕ ਹੈ, ਚਲੋ ਠੀਕ ਹੈ ਠੀਕ ਹੈ ਠੀਕ ਹੈ। ਜਿਹਦਾ ਫੋਨ ਲੱਗਦਾ ਵਾ ਪਲ ਜਾਣ ਦੀ ਪੂਰੀ।
ना कुछ नहीं पता लगा यार, सब दे बुरा हाल है। पता नहीं यार, बाद चौन कोई फोन ही नहीं चुकन दिया, ना भाइया चुकन दिया वा, ना निम्मा चुकन दिया वा, कोई फोन चुकन नहीं दिया, दीदी होनी रोई जान दे या। हाँ जी, हाँ जी, हेलो, हाँ चलो हूँ लोकेशन ट्रैक कराने लगे, पता लग जूगा। चलो ठीक है, ठीक है। हाँ जी, हाँ जी, फोन ट्रैक नहीं किया है? नहीं, वो चल रही है ट्रैक कराने, वो चल रही है ना, पीली पी चल रही है, तो पता करने गए जाके थे। ਉਹ ਨੀ ਮੰਨਦਾ, ਮੈਂ ਹੁਣ ਫੇਰ ਦੇਖ ਕੇ ਗਿਆ, ਸਾਨੂੰ ਕੁਛ ਨੀ ਦਿਖਿਆ ਉੱਥੇ, ਪੈਲੀ ਪੁਲੀ ਚ ਕੋਈ ਨੀ ਹੈਗਾ। ਹੁਣ ਉਹ ਆਂਦਾ ਕਿ ਹੈ ਨੀ ਆਂਦਾ, ਉਹ ਵੀ ਦੇਖ ਕੇ ਗਈ, ਤੁਸੀਂ ਵੀ ਕਿਹਾ ਸੀ ਸਵੇਰੇ ਭਰਾ ਨੂੰ ਘੱਲਿਆ ਸੀ। ਅੱਛਾ ਚਲੋ ਠੀਕ। हाँ जी, है ना ना कुछ नहीं पता लगा, ते पाजी ना हमें मेरी गल हुई है, वो कहंदा है कि नहीं कुछ नहीं पता लगा, नहीं अजे चले हुण घरे गया सी, घरों चले आ। ठीक ठीक, तुहानूं दस दिंदे जदों। ਜੇਕਰ ਇਸ ਵਾਇਰਲ ਆਡੀਓ ਨੂੰ ਵੇਖੀਏ ਤਾਂ ਇੰਜ ਨਹੀਂ ਲੱਗਦਾ ਕਿ ਲੜਕੀ ਦੇ ਪਰਿਵਾਰ ਦੇ ਵੱਲੋਂ ਇਸ ਨੌਜਵਾਨ ਦਾ ਕਤਲ ਕੀਤਾ ਗਿਆ। ਖੈਰ ਜੋ ਵੀ ਹੈ, ਇਹ ਘਟਨਾ ਬਹੁਤ ਮੰਦਭਾਗੀ ਹੈ ਤੇ ਦਾ ਸਮਰ ਨਿਊਜ਼ ਇਸ ਵਾਇਰਲ ਆਡੀਓ ਦੀ ਬਿਲਕੁਲ ਵੀ ਪੁਸ਼ਟੀ ਨਹੀਂ ਕਰਦਾ। ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਅਗਰ ਇਸ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਜੋ ਅਸੀਂ ਇਸ ਖਬਰ ਦੀ ਸੱਚਾਈ ਤੱਕ ਜਾ ਸਕੀਏ। ਤੁਸੀਂ ਜੁੜੇ ਰਹੋ ਦਾ ਸਮਰ ਨਿਊਜ਼ ਦੇ ਨਾਲ।